ਕੈਨੇਡਾ ਦੇ ਵਿੱਚ ਵੀ ਕਹਿੰਦੇ ਕਿ ਅੱਜ ਜਿਹੜਾ 스ਨੋ ਸਟਾਰਮ ਆਇਆ ਤੇ ਇੱਕ ਸਰਜਨ ਲਿਖ ਰਿਹਾ ਸੀ ਵਰਮਾ ਜੀ ਉਹ ਕਹੇ ਕਿ ਅਸੀਂ ਤਾਂ ਦਫਤਰਾਂ ਦੇ ਵਿੱਚ ਹੀ ਬੈਠੇ ਹੋਏ ਹਾਂ ਬਰਫੀਲਾ ਤੂਫਾਨ ਆ ਗਿਆ ਜੀ ਹਾਂਜੀ ਮੇਰੇ ਵੀ ਇੱਕ ਦੋਸਤੋਂ ਪਾਇਸਨ ਵੀਡੀਓ ਤੋਂ ਉਹਦੇ ਵਿੱਚ ਉਹ ਮਤਲਬ ਕਿ ਰੇਡੀਓ ਚੱਲ ਰਿਹਾ ਹੈ ਗੱਡੀ 'ਚ ਤੇ ਬਰਫ ਡਿਗਰੀ ਆ ਜਾਮ ਲੱਗਾ ਹੋਇਆ ਤੇ ਉਹ ਕਹ ਰੇ ਸੀਗੇ ਕਿ ਸ਼ਾਇਦ ਅੱਜ ਸਾਰੀ ਰਾਤ ਇੱਥੇ ਰੁਕਣਾ ਪਵੇਗਾ ਮੈਂ ਦੇਖ ਰਿਹਾ ਸੀਗਾ ਪਰ ਚੰਗੀ ਗੱਲ ਇਹ ਵੀ ਲੱਗੀ ਕਿ ਉੱਥੇ ਬੜਾ ਇੱਕ ਅਨੁਸ਼ਾਸਨ ਇਹ ਲਾਈਨਾਂ ਮਤਲਬ ਸਾਡੇ ਤੇ ਲਾਈਨਾਂ ਦੋ ਹੁੰਦੀਆਂ ਅੱਧੀ ਕੋ ਖਾਲੀ ਹੁੰਦੀ ਆ ਉਹਦੇ ਵਿੱਚ ਅੱਧੀ ਜੀ ਇੱਕ ਲਾਈਨ ਬਣ ਜਾਂਦੀ ਆ ਕੇ ਉਹ ਜਾਮ ਖੁੱਲ ਜਾਂਦਾ ਉਹ ਜਿਹੜੀ ਪਰ ਅੱਧੀ ਪਚੱਦੀ ਹੁੰਦੀ ਆ ਨਾ ਮੁੜ ਕੇ ਉਹ ਨਹੀਂ ਖੁੱਲਦੀ ਛੇਤੀ ਕਿਤੇ ਆ ਨਾ ਦੂਜਿਆਂ ਦੇ ਨਾਲ ਬੜੇ ਹਾਂਜੀ ਸਵੈ ਅਨੁਸ਼ਾਸਨ ਵਾਲੇ ਨੇ ਜਿਹੜੇ ਖੁਦ ਤੇ ਅਨੁਸ਼ਾਸਨ ਲਾਗੂ ਕਰਦੇ ਇਹ ਅੱਛੀ ਗੱਲ ਆ ਤੇ ਬਹੁਤ ਉੱਥੇ ਔਖਾ ਹੋ ਜਾਂਦਾ ਜਦੋਂ ਬਰਫੇ ਸ਼ੁਰੂ ਹੋ ਜਾਂਦੀ ਬਰਫਬਾਰੀ ਜਦੋਂ ਪੈਂਦੀ ਆ ਹੁੰਦੀ ਆ ਤੇ ਬੜਾ ਔਖਾ ਹੋ ਜਾਂਦਾ ਜੀਵਨ ਪਰ ਕੀ ਹੈ ਕਿ ਪੇਟ ਹੈ ਜਿਹੜਾ ਉਹ ਬਾਹਰਲੇ ਹਾਲਾਤ ਨਹੀਂ ਦੇਖਦਾ ਉਹਨੂੰ ਤੇ ਅੰਦਰਲੇ ਹਾਲਾਤ ਦਾ ਪਤਾ ਹੈ ਨਾ ਭੁੱਖ ਲੱਗਣੀ ਹੈ ਕੰਮ ਕਰਨਾ ਹੀ ਪੈਣਾ ਸੋ ਐਸ ਹਾਲਤ ਦੇ ਵਿੱਚ ਕੰਮ ਕਰਦੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਅੱਜ ਦੀ ਰਾਤ ਜਿਹੜੇ ਬੰਦੇ ਨੇ ਦਿਨ ਦੀ ਸ਼ਿਫਟ ਲਾਈ ਹੈ ਸਾਰੇ ਜੀ ਰਾਤ ਉਹਦੀ ਗੱਡੀ 'ਚ ਨਿਕਲ ਗਈ ਜਾਂ ਆਫਿਸ 'ਚ ਨਿਕਲ ਗਈ ਤਾਂ ਅਗਲੇ ਦਿਨ ਵੀ ਤਾਂ ਕੰਮ ਕਰਨਾ ਹੈ ਨਾ ਵੀਕੈਂਡ ਤੇ ਹਲੇ ਦੂਰ ਹੈ ਜੀ ਜੀ ਬਿਲਕੁਲ ਬਹੁਤ ਜਦਾਂ ਕਹ ਲਈਏ ਨਾ ਕਿ ਔਖੀਆਂ ਪਰਸਤਿਤੀਆਂ ਚੋਂ نوٹ ਜਾਂ ਡਾਲਰ ਜਿਹੜੇ ਉਹ ਕਮਾਏ ਜਾਂਦੇ ਨੇ ਬਿਲਕੁਲ 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 ਮੈਂ ਤੇ ਜੀ ਮੈਂ ਇੱਕ ਵੀਡੀਓ ਦੇਖ ਰਿਆ ਸੀ ਇੱਕ ਸੱਜਣ ਦੀ ਉਹ ਦੱਸ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਨਵੇਂ ਜਾਂਦੇ ਨੇ ਨਾ ਸਟੂਡੈਂਟ ਉਹਨਾਂ ਨੂੰ ਚਾਹੀਦਾ ਕਿ ਕੋਈ ਚਮਕੀਲੇ ਜਿੱਦਾਂ ਰੈਸਟ ਬੈਂਡ ਜਾਂ ਕੋਈ ਜੈਕਟ ਉਹ ਪਾ ਕੇ ਰੱਖਿਆ ਕਰਣ ਕਿਉਂਕਿ ਮੋਸਟਲੀ ਤੁਰ ਕੇ ਜਾਂਦੇ ਆ ਵਿਚਾਰੇ ਅੱਛਾ ਅੱਛਾ ਕਿਉਂਕਿ ਕਈ ਵਾਰੀ ਵਿਜ਼ਿਬਿਲਟੀ ਨਹੀਂ ਹੁੰਦੀ ਜ਼ਿਆਦਾ ਤੇ ਉਹ ਵਿਚਾਰੇ ਕਿਸੇ ਮਤਲਬ ਉਹਨਾਂ ਨੂੰ ਕੋਈ ਫੇਟ ਨਾ ਮਾਰ ਕੇ ਸਾਹ ਫੇਟ ਤੋਂ ਬਚ ਜਾਣ ਜੀ ਜੀ ਬਿਲਕੁਲ ਉਹ ਚੀ ਆਪਣੀ ਦੇਖਣ ਸ਼ਕਤੀ ਜਿਹੜੀ ਘੱਟ ਹੁੰਦੀ ਹੈ ਜਿਸ ਵੇਲੇ ਜਾਂ ਕਹ ਲਓ ਕਿ ਵੇਖਣ ਦੀ ਸਮਰੱਥਾ ਜਿਹੜੀ ਹੈ ਡਰਾਈਵਰ ਦੀ ਬੜੀ ਘੱਟ ਹੁੰਦੀ ਹੈ ਤਾਂ ਉਹ ਚੀਜ਼ਾਂ ਆਸਾਨੀ ਦੇ ਨਾਲ ਦਿਖ ਪੈਣ ਜੀ ਜੀ ਸਹੀ ਗੱਲ ਹੈ ਤੁਹਾਡੀ ਇਹ ਚੀਜ਼ਾਂ ਬਿਲਕੁਲ ਇਥੋਂ ਸਿਖਾ ਕੇ ਭੇਜੀਆਂ ਜਾਣ ਤੇ ਬਿਹਤਰ ਹੈ ਜੀ ਜੀ ਤੁਸੀਂ ਜਦੋਂ ਆਈਲੈਸੀ ਕਰਾਉਣੇ ਹੋ ਤਾਂ ਥੋੜੀਆਂ ਜੀਆਂ ਚੀਜ਼ਾਂ ਇਸ ਪਾਸੇ ਵੀ ਸਮਝਾ ਦਿਓ ਬੱਚੇ ਨੂੰ ਇਹ ਵੀ ਸਮਝਾਓ ਕਿ ਤੂੰ ਹੁਣ ਇਕੱਲਾ ਇੰਟਰਨੈਸ਼ਨਲ ਸਟੂਡੈਂਟ ਨਹੀਂ ਤੂੰ ਇੱਕ ਕੌਮ ਦਾ ਨੁਮਾਇੰਦਾ ਵੀ ਹੈ ਜੀ ਤੁਹ ਇੱਕ ਕੌਮ ਦਾ ਰਾਜਦੂਤ ਵੀ ਹੈ ਬਿਲਕੁਲ ਬਿਲਕੁਲ ਸੋ ਇੱਕ ਸੱਭਿਆਚਾਰ ਦਾ ਦੂਤ ਵੀ ਹੈ ਜਾ ਕੇ ਤੋਂ ਸਾਰਾ ਖੁਸ਼ ਪੇਸ਼ ਕਰਨਾ ਜਾ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਕਹਿੰਦੇ ਇਧਰੋਂ ਬਲੰਦਰ ਜੀ ਕਹਿੰਦੇ ਮੇਰੇ ਇੱਕ ਸਵੇਰੇ ਦੋਸਤ ਨੇ ਪੋਸਟ ਪਾਈ ਸੀ 7 ਘੰਟੇ ਤੋਂ ਜਾਮ ਦੇ ਵਿੱਚ ਫਸਿਆ ਹੋਇਆ ਜੀ